ਬੀਤੇ ਦਿਨ ਪੰਜਾਬੀ ਭਾਰਤੀ ਅਰੂਣਾ ਮਸੀਜ ਨੂੰ ਲੰਬੇ ਸਮੇਂ ਤੋਂ ਰੁਸਕਾਰ ਵਰਕਰ ਅਤੇ ਨਾਗਰਿਕ ਅਧਿਕਾਰਾਂ ਦੀ ਅਟਾਰਨੀ ਸੀ ਅਮਰੀਕਾ ਦੇ ਓਰੇਕਨ ਸੂਬੇ ਦੀ ਸੁਪਰੀਮ ਕੋਰਟ ਦੀ ਪਹਿਲੀ ਪੰਜਾਬੀ ਭਾਰਤੀ ਅਮਰੀਕੀ ਅਤੇ ਦੱਖਣੀ ਏਸ਼ੀਆਈ ਜਾਜ ਬਣਨ ਦੇ ਲਈ ਤਿਆਰ ਹੈ ਜਿਸ ਤੇ ਪੁਸ਼ਤੀ ਗਵਰਨਰ ਟੀਨਾ ਨੇ ਸਲੇਮ ਜੋ ਓਰੀਗਨ ਸੂਬੇ ਦਾ ਸਿਟੀ ਹੈ ਵਿੱਚ ਬੀਤੇ ਦਿਨੀ 16 ਅਗਸਤ ਨੂੰ ਅਰੁਣਾ ਮਸੀ ਦੀ ਨਿਯੁਕਤੀ ਦੀ ਕੋਸ਼ਿਸ਼ ਨਾ ਕੀਤੀ ਗਵਰਨਰ ਨੇ ਕਿਹਾ ਕਿ ਅਰੁਣਾ ਮਸੀ ਇੱਕ ਸੁਸ਼ੋਭਤ ਨਾਗਰਿਕ ਅਧਿਕਾਰ ਵਾਲੀ اٹਾਰਨੀ ਹੈ ਜਿਸ ਨੇ ਆਪਣੇ ਕਰੀਅਰ ਅਥ ਕਮਿਊਨਿਟੀ ਦੋਵਾਂ ਦੀ ਸੇਵਾ ਵਿੱਚ ਆਪਣੀ ਜ਼ਿੰਦਗੀ ਦੇ 25 ਸਾਲ ਤੋਂ ਵੱਧ ਸਮੇਂ ਤੱਕ ਓਰੀਗਾਨਾ ਵੱਲੋਂ ਸ਼ਲਾਘਾਯੋਗ ਕਾਰਗੁਜ਼ਾਰੀ ਨਿਭਾਈ ਹੈ ਇੱਕ ਪ੍ਰੈਕਟਿਸਿੰਗ اٹਾਰਨੀ ਵਜੋਂ ਅਰੁਣਾ ਮਸੀ ਹੁਣ ਲੋਕਾਂ ਲਈ ਕੰਮ ਕਰਨ ਦਾ ਸਿੱਧਾ ਤੇ ਤਾਜ਼ਾ ਤਜ਼ਰਬਾ ਲਈ ਆਏਗੀ ਜੋ ਮੌਜੂਦਾ ਓਰੀਗਨ ਸੁਪਰੀਮ ਕੋਰਟ ਨੂੰ ਹੋਰ ਮਜ਼ਬੂਤ ਕਰੇਗੀ। ਉਹਨਾਂ ਨੇ ਕਿਹਾ ਕਿ ਜਨ ਸੇਵਾ ਪ੍ਰਤੀ ਅਰੁਣਾ ਮਸੀਦਾ ਸਮਰਪਣ ਅਤੇ ਨਿਆਂ ਤੱਕ ਬਰਾਬਰ ਦੀ ਪਹੁੰਚ ਦੇ ਲਈ ਆਪਣੇ ਜਨੂਨ ਨੂੰ ਵੀ ਅਤੇ ਕਾਨੂੰਨੀ ਖੇਤਰ ਵਿੱਚ ਬਰਾਬਰੀ ਤੇ ਵਿਭਿੰਨਤਾਵਾਂ ਨੂੰ ਅੱਗੇ ਵਧਾਉਣ 'ਚ ਗਵਰਨਰ ਨੇ ਉਸ ਦੀ ਲੰਬੇ ਸਮੇਂ ਦੀ ਕੀਤੀ ਗਈ ਅਗਵਾਈ ਤੋਂ ਸੰਤੁਸ਼ਟ ਹਾਂ। ਅਰੁਣਾ ਮਸੀ ਨੇ ਕਿਹਾ ਕਿ ਮੈਂ ਸੁਪਰੀਮ ਕੋਰਟ ਦੇ ਜੱਜ ਵਜੋਂ ਓਰੀਗਨ ਦੇ ਲੋਕਾਂ ਲਈ ਉਹਨਾਂ ਦੀ ਨਿਰੰਤਰ ਸੇਵਾ ਦੀ ਉਮੀਦ ਕਰਦੀ ਹਾਂ। ਉਹਨਾਂ ਨੇ ਕਿਹਾ ਕਿ ਅਦਾਲਤਾਂ ਤੱਕ ਬਰਾਬਰ ਪਹੁੰਚ ਨਾਗਰਿਕ ਅਧਿਕਾਰਾਂ ਦਾ ਮੁੱਦਾ ਹੈ। ਮੈਂ ਇੱਕ ਪੰਜਾਬੀ ਭਾਰਤੀ ਪਿਤਾ ਅਤੇ ਬ੍ਰਿਟਿਸ਼ ਮਾਂ ਦੀ ਤੀਹਾਂ ਜੋ ਪਿਛਲੇ 25 ਸਾਲਾਂ ਤੋਂ ਓਰੇਗਨ ਰਾਜ ਵਿੱਚ ਪ੍ਰੈਕਟਿਸਿੰਗ ਅਟਾਰਨੀ ਰਹੀ ਹੈ।